आदियां चोणां आदियां हर पार्टी नूं अपना मुद्दा बना लैंदी है, हल कोई भी नहीं कर पाती, रोटियां जरूर सेकी जांदे आ, किदां देखदे हो? ਆਤਮਾ ਲਫੜਾ ਕੇ ਇੰਦਰਾ ਗਾਂਧੀ ਨੇ ਕਨਾਸਰ ਰਾਜ ਨੂੰ ਨੇਚਰ ਰਾਜ ਕੀਤਾ, ਹੁਣ ਉਹ ਮੋਦੀ ਸਰਕਾਰ ਉਹਨਾਂ ਪੈਦਲਿਆਂ ਚੱਲ ਰਹੀ, ਕਦੀ ਪੰਜਾਬ ਦਾ ਮੁੱਦਾ ਬਣਾਉਂਦੀ, ਕਦੀ ਜੰਮੂ ਕਸ਼ਮੀਰ ਦਾ ਬਣਾ ਕੇ ਰਾਜ ਕਰ ਰਹੀ ਆ, ਪਰ ਸਾਨੂੰ ਕਦੀ ਦਿੱਲੀ ਨੇ ਕਦੀ ਇਨਸਾਫ ਦਿੱਤਾ ਪੰਜਾਬ ਨੂੰ। ਉਹਨਾਂ ਨੇ 850 ਕਰੋੜ ਰੁਪਇਆ ਜਿਹੜਾ ਨਹਿਰੀ ਮੁਰੰਮਤ ਵਾਸਤੇ ਰੱਖਿਆ, ਉਸ 'ਚ ਪੰਜਾਬ ਦੀ ਕੋਈ ਗੱਲ ਨਹੀਂ। ਜਿਹੜਾ ਰਾਜਸਥਾਨ ਅਤੇ ਹਰਿਆਣੇ ਨੂੰ ਪਾਣੀ ਜਾ ਰਿਹਾ, ਵੀ ਉਹ ਰਸਤੇ 'ਚ ਕਿਤੇ ਲੀਕ ਹੋ ਰਿਹਾ। ਜਦੋਂ ਕਿ ਪੰਜਾਬ ਆਉਣ ਵਾਲੇ ਸਮੇਂ 'ਚ 5 ਸਾਲ ਤੋਂ ਬਾਅਦ ਪਾਣੀ ਨੂੰ ਤਰਸੇਗਾ। ਇਹ ਚਾਹੁੰਦੇ ਹਾਂ ਵੀ ਅਸੀਂ ਪੰਜਾਬ 'ਚ ਤਾਂ ਜਿੱਤ ਗਏ, ਹੁਣ ਪਾਣੀਆਂ ਦੇ ਮੁੱਦੇ 'ਤੇ ਵੀ ਤੁਹਾਨੂੰ ਪਾਣੀ ਦੇਵਾਂਗੇ, ਅਸੀਂ ਇਹ ਹਰਿਆਣਾ ਅਤੇ ਰਾਜਸਥਾਨ ਜਿੱਤਣ ਨੂੰ ਫਿਰਦੇ। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਦੇਖ ਕੇ ਦਰਸ਼ਕਾਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਹੈ। ਪੰਜਾਬ ਦੇ ਪਾਣੀ, ਪੰਜਾਬ ਦੇ ਹੋਣ ਜਾਂ ਨਾ ਹੋਣ ਲੰਬਾ ਵਿਸ਼ਾ ਹੈਗਾ। ਲੰਬੇ ਸਮੇਂ ਤੋਂ ਇਸ 'ਤੇ ਸਿਆਸਤ ਚੱਲੀ ਆ ਰਹੀ ਹੈ। ਬਾਦਲਾਂ ਨੇ ਕੀ ਕੀਤਾ, ਕੈਪਟਨ ਨੇ ਕੀ ਕੀਤਾ, ਜਾਂ ਫਿਰ ਹੁਣ ਭਗਵੰਤ ਮਾਨ ਕੀ ਕਰਨਗੇ? ਇਸ ਵਿਸ਼ੇ 'ਤੇ ਸਾਡੇ ਨਾਲ ਚਰਚਾ ਕਰਨ ਲਈ ਪੰਜਾਬ ਦੇ ਵੱਖੋ ਵੱਖ ਜ਼ਿਲ੍ਹਿਆਂ ਤੋਂ ਕਿਸਾਨ ਆਗੂ, ਕਿਸਾਨ ਵੀਰ ਪਹੁੰਚੇ ਹੋਏ ਨੇ। ਸੋ ਇਹਨਾਂ ਤੋਂ ਜਾਣਦੇ ਹਾਂ ਇਸ ਮਸਲੇ ਦਾ ਕੋਈ ਹੱਲ ਹੈਗਾ ਜਾਂ ਨਹੀਂ ਹੈਗਾ, ਕੀ ਕਹਿੰਦੇ ਨੇ? ਸੋ ਭਾਜੀ, ਬੜਾ ਵੱਡਾ ਵਿਸ਼ਾ ਹੈਗਾ ਪੰਜਾਬ ਦੇ ਪਾਣੀ, ਕੀ ਲੱਗਦਾ ਹੁਣ ਇਹ ਮਸਲਾ ਮਾਨ ਸਰਕਾਰ ਹੱਲ ਕਰ ਪਾਏਗੀ? ਨਹੀਂ ਜੀ, ਉਹਨਾਂ ਸਾਨੂੰ ਇਸ ਕਰਕੇ ਆਸ ਨਹੀਂ ਹੈ। ਜੇ ਹੁਣ ਵਿਧਾਨ ਸਭਾ ਸੈਸ਼ਨ ਹੋ ਕੇ ਹਟਿਆ, ਉਹਨਾਂ ਨੇ 850 ਕਰੋੜ ਰੁਪਇਆ ਜਿਹੜਾ ਨਹਿਰੀ ਮੁਰੰਮਤ ਵਾਸਤੇ ਰੱਖਿਆ, ਉਸ 'ਚ ਪੰਜਾਬ ਦੀ ਕੋਈ ਗੱਲ ਨਹੀਂ ਹੈ। ਵੀ ਜਿਹੜਾ ਰਾਜਸਥਾਨ ਅਤੇ ਹਰਿਆਣੇ ਨੂੰ ਪਾਣੀ ਜਾ ਰਿਹਾ, ਵੀ ਉਹ ਰਸਤੇ 'ਚ ਕਿਤੇ ਲੀਕ ਹੋ ਰਿਹਾ, ਫਲਾਣਾ ਹੋ ਰਿਹਾ, ਉਹਦੇ ਵਾਸਤੇ 850 ਕਰੋੜ ਰੁਪਇਆ ਰੱਖਿਆ ਪੰਜਾਬ ਦੀ ਉਹ 'ਚ। ਜਦੋਂ ਕਿ ਪੰਜਾਬ ਆਉਣ ਵਾਲੇ ਸਮੇਂ 'ਚ 5 ਸਾਲ ਤੋਂ ਬਾਅਦ ਪਾਣੀ ਨੂੰ ਤਰਸੇਗਾ, ਉਸ 'ਚ ਵਿਧਾਨ ਸਭਾ 'ਚ ਕੋਈ ਗੱਲ ਉਹਨਾਂ ਨੇ ਪੰਜਾਬ ਦੀ ਨਹੀਂ ਰੱਖੀ, ਇਸ ਕਰਕੇ ਸਾਨੂੰ ਕੋਈ ਉਮੀਦ ਨਹੀਂ। ਦੂਜੀ ਗੱਲ ਇਹ ਹੈ, ਹਰਿਆਣੇ 'ਚ ਇਲੈਕਸ਼ਨ ਹੈ, ਰਾਜਸਥਾਨ 'ਚ ਇਲੈਕਸ਼ਨ ਹੈ, ਇਹ ਚਾਹੁੰਦੇ ਹਾਂ ਵੀ ਅਸੀਂ ਪੰਜਾਬ 'ਚ ਤਾਂ ਜਿੱਤ ਗਏ, ਹੁਣ ਪਾਣੀਆਂ ਦੇ ਮੁੱਦੇ 'ਤੇ ਵੀ ਤੁਹਾਨੂੰ ਪਾਣੀ ਦੇਵਾਂਗੇ, ਅਸੀਂ ਇਹ ਹਰਿਆਣਾ ਅਤੇ ਰਾਜਸਥਾਨ ਜਿੱਤਣ ਨੂੰ ਫਿਰਦੇ। ਇਸ ਕਰਕੇ ਪੰਜਾਬ ਕੋਈ ਆਸ ਨਾ ਰੱਖੇ ਭਗਵੰਤ ਮਾਨ ਸਰਕਾਰ ਤੋਂ ਜੀ। ਸੋ ਪਰਮ ਸਿੰਘ ਬੈਦਵਾਨ ਵੀ ਇੱਥੇ ਸਾਡੇ ਨਾਲ ਮੌਜੂਦ ਨੇ, ਕਿਸਾਨੀ ਸੰਘਰਸ਼ ਉੱਥੇ ਪਰਿਵਾਰ ਨਾਲ ਬੈਠੇ ਵੀ ਰਹੇ ਸੀ, ਕੀ ਕਹਿੰਦੇ ਹੋ, ਕਿੱਧਰ ਨੂੰ ਜਾ ਰਹੀ ਹੈ ਸਥਿਤੀ, ਕਿੰਨੀ ਕੁ ਸਿਆਸਤ ਹੋ ਰਹੀ ਹੈ ਪੰਜਾਬ ਦੇ ਪਾਣੀਆਂ 'ਤੇ? ਪੰਜਾਬ ਨਾਲ ਤਾਂ ਹਮੇਸ਼ਾ ਹੀ ਧੱਕਾ ਕਰਦੇ ਆਈ ਹੈ ਕੇਂਦਰ ਗੌਰਮੈਂਟ, ਕਦੇ ਦਿੱਲੀ ਪੰਜਾਬ ਦੀ ਹੋਈ ਹੋ ਨਹੀਂ। ਇਹ ਤਾਂ ਕੁਦਰਤੀ ਸਰੋਤ ਨੇ, ਸਾਡਾ ਪਾਣੀਆਂ ਦੇ ਪੰਜਾਬ ਦਾ ਹੀ ਹੱਕ ਹੈ, ਪੰਜਾਬ ਪੰਜਾਬ ਦਰਿਆਵਾਂ ਦਾ ਹੀ ਪਿਆ ਪੰਜਾਬ ਦਾ ਨਾਂ। ਜੇ ਜਿੱਦਾਂ ਹੁਣ ਰਾਜਸਥਾਨ ਦੇ ਵਿੱਚ ਮਾਰਬਲ ਹੈ, ਹੋਰ ਕਲਕੱਤਾ, ਉੱਧਰ ਬੰਗਾਲ 'ਚ ਕੋਲਾ, ਉੱਧਰ ਇਹ ਸਾਡੇ ਪਾਣੀਆਂ 'ਤੇ ਸਾਡਾ ਹੱਕ ਹੈ। ਸਾਨੂੰ ਜਿਹੜਾ ਹੱਕ ਸਾਡਾ ਹੀ ਨਹੀਂ ਮਿਲ ਰਿਹਾ, ਸਾਡੇ ਹੱਕ ਹੁਣ ਰਾਜਸਥਾਨ ਨੂੰ ਪਾਣੀ ਜਾ ਰਿਹਾ, ਦਿੱਲੀ ਨੂੰ ਜਾ ਰਿਹਾ, ਨਾ ਉਹਦਾ ਮੁਆਵਜ਼ਾ ਮਿਲਦਾ, ਨਾ ਕੋਈ ਫੰਡ ਮਿਲਦਾ, ਇਹ ਸਾਨੂੰ ਮਿਲਣੇ ਚਾਹੀਦੇ। ਪਰ ਇਹ ਇੱਦਾਂ ਨਹੀਂ ਮਿਲਦੇ ਜਦ ਤੱਕ ਉਹਨਾਂ ਦੇ ਕੰਡ 'ਚ ਨਾ ਹੱਥ ਨਾ ਪਾਇਆ ਜਾਵੇ, ਜਦ ਤੱਕ ਨਹੀਂ ਮਿਲਦੇ ਸਾਨੂੰ ਜੀ। ਸੋ ਬਜ਼ੁਰਗੋ, ਜਦੋਂ ਵੀ ਇਹ ਆਉਂਦੀਆਂ ਚੋਣਾਂ ਆਉਂਦੀਆਂ, ਹਰ ਪਾਰਟੀ ਨੂੰ ਆਪਣਾ ਮੁੱਦਾ ਬਣਾ ਲੈਂਦੀ ਹੈ, ਹੱਲ ਕੋਈ ਵੀ ਨਹੀਂ ਕਰ ਪਾਉਂਦੀ, ਰੋਟੀਆਂ ਜ਼ਰੂਰ ਸੇਕੀ ਜਾਂਦੀਆਂ, ਕਿੱਦਾਂ ਦੇਖਦੇ ਹੋ? ਇਹ ਇੱਕ ਰਾਜ ਕਰਨ ਦਾ ਤਰੀਕਾ ਜੀ ਸਿਆਸੀ ਪਾਰਟੀਆਂ ਕੋ, ਕਦੀ ਕਦੀ ਅੱਤਵਾਦ ਦਾ ਮੁੱਦਾ ਬਣਾ ਲਓ, ਕਦੀ ਜੰਮੂ ਕਸ਼ਮੀਰ ਦਾ ਮੁੱਦਾ ਬਣਾ ਲਓ। ਅੱਤਵਾਦ ਫੜਾ ਕੇ ਇੰਦਰਾ ਗਾਂਧੀ ਨੇ ਕਨਾਸਰ ਰਾਜ ਨੂੰ ਨੇਚਰ ਰਾਜ ਕੀਤਾ, ਹੁਣ ਉਹ ਮੋਦੀ ਸਰਕਾਰ ਉਹਨਾਂ ਪੈਦਲਿਆਂ ਚੱਲ ਰਹੀ, ਹੁਣ ਉਹ ਕਦੀ ਪੰਜਾਬ ਦਾ ਮੁੱਦਾ ਬਣਾਉਂਦੀ, ਕਦੀ ਜੰਮੂ ਕਸ਼ਮੀਰ ਦਾ ਬਣਾ ਕੇ ਰਾਜ ਕਰ ਰਹੀ ਆ, ਪਰ ਸਾਨੂੰ ਕਦੀ ਦਿੱਲੀ ਨੇ ਕਦੀ ਇਨਸਾਫ ਦਿੱਤਾ ਪੰਜਾਬ ਨੂੰ। ਜੇ ਲਿਆ ਤਾਂ ਲੜਕੇ ਰਿਹਾ, ਉਹ ਲੜਨ ਜਾਣ ਦੇ ਲੜਕੇ ਲਵਾਂਗੇ ਜੀ। ਅੱਛਾ, ਹੁਣ ਇੱਦਾਂ ਲੱਗਦਾ ਪਿਆ ਬਈ ਕਿਸਾਨੀ ਸੰਘਰਸ਼ ਖਤਮ ਹੋਣ ਤੋਂ ਬਾਅਦ ਕਿਸਾਨੀ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ, ਖਿੰਡ ਗਈਆਂ ਨੇ, ਵੰਡ ਗਈਆਂ ਨੇ, ਸਰਕਾਰ ਇਸ ਚੀਜ਼ ਦਾ ਫਾਇਦਾ ਚੱਕੇਗੀ, ਪਾੜੋ ਤੇ ਰਾਜ ਕਰੋ ਵਾਲੀ ਨੀਤੀ? ਬਿਲਕੁਲ ਜੀ, ਜਦੋਂ ਅਸੀਂ ਇਕੱਠੇ ਨਹੀਂ ਹੋਵਾਂਗੇ ਤਾਂ ਫਿਰ ਸਰਕਾਰਾਂ ਦੇ ਫਾਇਦੇ ਚੁੱਕਣਗੀਆਂ, ਤੇ ਇਹਦੇ 'ਚ ਵੀ ਸਰਕਾਰਾਂ ਦਾ ਹੀ ਰੋਲ ਆ, ਜਿਹੜਾ ਇੱਕ ਦੂਜੇ ਦੇ ਇਲਜ਼ਾਮਬਾਜ਼ੀ ਕਰ ਰਹੇ ਆ ਡੱਲੇਵਾਲ ਸਾਹਿਬ ਵਰਗੇ। ਮੈਨੂੰ ਤਾਂ ਲੱਗਦਾ ਇਹਨਾਂ ਪੈਸੇ ਖਾਧੇ, ਆਪ ਜਿਹੜਾ ਇੱਦਾਂ ਵੱਡੇ ਰਾਜੇਵਾਲ ਸਾਹਿਬ ਦੇ ਆਰੋਪ ਲਾ ਰਹੇ ਆ, ਇਹ ਬੇੜਾ ਗਰਕ ਕਰਤਾ ਇਹਨਾਂ ਨੇ ਸੰਘਰਸ਼ ਦਾ, ਇੰਨੀ ਦੁਨੀਆ ਜੁੜੀ ਸੀ ਨਾਲ, ਆਪਣੇ ਹੀ ਖਰਾਬ ਕਰ ਰਹੇ, ਆਪਣੇ ਹੀ ਖਰਾਬ ਕਰ ਰਹੇ ਜੀ, ਆਪਣੇ ਚੋਰ ਮਚਾਏ ਸ਼ੋਰ ਕੰਮ ਚੱਲਦਾ, ਚੋਰ ਮਚਾਏ ਸ਼ੋਰ, ਜਿਹੜੇ ਚੋਰ ਰੌਲਾ ਪਾਉਂਦਾ ਆ ਜੀ। ਸੋ ਕਿਸਾਨ ਆਗੂ ਜਿਹੜਾ ਹੈਗੇ ਨੇ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਜਦੋਂ ਕਿਸਾਨ ਇੱਕ ਮੰਚ ਤੇ ਆ ਗਏ ਸੀ, ਯੂਨਿਟੀ ਹੋ ਗਈ ਸੀ, ਇੱਕ ਹੋ ਗਏ ਸੀਗੇ, ਪਰ ਉਸ ਤੋਂ ਬਾਅਦ ਜਦੋਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਬਿਆਨਬਾਜ਼ੀਆਂ ਸਾਹਮਣੇ ਆਉਣ ਲੱਗ ਗਈਆਂ, ਤਾਂ ਕਿਤੇ ਕਿਤੇ ਪਾਟੋ ਧਾਰ ਜਿਹੜੀਆਂ ਸੀਗੀਆਂ ਕਿਸਾਨ ਜਥੇਬੰਦੀਆਂ, ਜਾਂ ਆਪਾਂ ਕਹੀਏ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੋ ਗਿਆ ਸੀਗਾ, ਅੱਜ ਇੱਥੇ ਪ੍ਰੈਸ ਕਾਨਫਰੰਸ ਹੋਈ ਹੈ, ਦਾਅਵੇ ਜ਼ਰੂਰ ਕੀਤੇ ਗਏ ਨੇ ਕਿ ਅਸੀਂ ਇੱਕ ਰਹਿਣ ਦੀ ਕੋਸ਼ਿਸ਼ ਕਰਾਂਗੇ, ਪਰ ਜਦੋਂ ਆਪਣੇ ਹੀ ਲੱਤਾਂ ਖਿੱਚ ਰਹੇ ਹੋਣ ਤਾਂ ਲੱਗਦਾ ਨਹੀਂ ਹੈ ਕਿ ਜਿਹੜੇ ਸੰਘਰਸ਼ਾਂ ਦੀ ਗੱਲ ਚੱਲ ਰਹੀ ਹੈ ਪਾਣੀ ਦੇ ਮੁੱਦੇ ਨੂੰ ਲੈ ਕੇ, ਉਹਦੇ 'ਚ ਕਿਸਾਨ ਸਫਲ ਨਜ਼ਰ ਆਉਣਗੇ। ਵਿਜੇ ਸਚਿਨ ਦੇ ਨਾਲ ਬਲਜੀਤ ਪਰਵਾਹ, ਸਕਰੋਲ ਪੰਜਾਬ, ਚੰਡੀਗੜ੍ਹ। ਦੇਸ਼ ਦੁਨੀਆ ਦੀਆਂ ਖਬਰਾਂ ਸਭ ਤੋਂ ਪਹਿਲਾਂ ਜਾਣਨ ਦੇ ਲਈ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰੋ ਸਕਰੋਲ ਪੰਜਾਬ।